ਜੀ ਅਸਲਾਮ ਵਾਲੇਕੁਮ। ਅੱਛਾ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇਸ ਚੀਜ਼ ਦੀਆਂ ਬੜੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਧਾਨ 'ਚ ਜਿਹੜਾ ਨਾ ਉਹ ਦਾਣਾ ਨਹੀਂ ਪਿਆ, ਧਾਨ ਖਾਲੀ ਹੈ, ਐਵਰੇਜਾਂ ਬਹੁਤ ਘੱਟ ਆਈਆਂ ਨੇ, ਅਤੇ ਇਹ ਜਿਹੜਾ ਨਾ ਟੋਟਲ ਕੰਪਨੀਆਂ ਨੇ ਜਿਹੜਾ ਨਾ 2 ਨੰਬਰ ਸੀਡ ਦਿੱਤਾ, ਕੰਪਨੀਆਂ ਜਨਾਬ ਫਾਰਮਰਾਂ ਨੂੰ ਲੁੱਟ ਗਈਆਂ ਨੇ, ਅਤੇ ਕੋਈ ਬੰਦਾ ਕਿਸੇ ਕੰਪਨੀ ਦੇ ਪਿੱਛੇ ਪਿਆ, ਕੋਈ ਬੰਦਾ ਕਿਸੇ ਕੰਪਨੀ ਦੇ ਪਿੱਛੇ ਪਿਆ। ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਜੀ, ਟਾਰਗੇਟ ਵਾਲਿਆਂ ਦਾ ਬੀ ਬੜਾ 2 ਨੰਬਰ ਆਇਆ, ਉਹ ਟਾਰਗੇਟ ਵਾਲਿਆਂ ਦੇ ਹੱਥ ਧੋ ਕੇ ਪਿੱਛੇ ਪਏ ਨੇ। ਅਤੇ ਬੰਦਾ ਪੁੱਛੇ ਵੀ ਕਿਸੇ ਥੋੜ੍ਹਾ ਜਿਹਾ ਸਿਆਣੇ ਬੰਦੇ ਕੋਲ ਬੈਠ ਕੇ ਜ਼ਰਾ ਇਹ ਕਿਸੇ ਨੇ ਪੁੱਛਿਆ ਵੀ ਇਹ ਦਾਣਾ ਪਿਆ ਕਿਉਂ ਨਹੀਂ। ਸੇਮ ਇਸੇ ਤਰ੍ਹਾਂ ਕਪਾਹ ਦੇ ਜਨਾਬ ਕੇਰਾ ਬਹੁਤ ਹੋ ਰਿਹਾ ਜੀ, ਕਪਾਹ ਦੀ ਵਰਾਇਟੀਆਂ ਜਿਹਨੇ ਕੋਈ ਲਾਈ ਆ ਉਹਦਾ ਕੇਰਾ ਹੋਇਆ, ਉਹਨੇ ਇੱਧਰ ਉੱਧਰ ਨਹੀਂ ਦੇਖਿਆ, ਉਹਨੇ ਕਿਹਾ ਜੀ ਮੇਰੀ ਵਰਾਇਟੀ ਨੂੰ ਹੀ ਜਿਹੜਾ ਨਾ ਉਹ ਕੇਰਾ ਲੱਗਾ। ਅਤੇ ਉਹਨੇ ਜਨਾਬ ਜਿਸ ਬੰਦੇ ਕੋਲੋਂ ਬੀਜ ਲਿਆ ਜਾਂ ਜਿਸ ਕੰਪਨੀ ਦਾ ਬੀਜ ਲਿਆ ਉਹਦੇ ਪਿੱਛੇ ਹੱਥ ਧੋ ਕੇ ਪਿਆ ਬਈ ਇਹ ਮੈਨੂੰ ਤੂੰ 2 ਨੰਬਰ ਬੀਜ ਦਿੱਤਾ। ਇਹ ਬਲੇਮ ਗੇਮ ਕਰਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਸਾਡੀਆਂ ਫਸਲਾਂ ਕਿਉਂ ਜਿਹੜਾ ਨਾ ਉਹ ਨਹੀਂ ਹੋ ਰਹੀਆਂ। ਅਗਰ ਮਕਈ ਸੀ ਤੇ ਮਕਈ ਜਨਾਬ ਦਾਣਾ ਨਹੀਂ ਪਿਆ ਸੀ, ਜੇ ਧਾਨ ਆ ਤੇ ਧਾਨ 'ਚ ਨਹੀਂ ਦਾਣਾ ਪਿਆ, ਜੇ ਕਾਟਨ ਆ ਤੇ ਕਾਟਨ ਦਾ ਬਹੁਤ ਕੇਰਾ ਹੋ ਰਿਹਾ। ਅਤੇ ਇਹ ਸਾਰਾ ਜਿਹੜਾ ਨਾ ਇਹ ਮੌਸਮੀਆਤੀ ਤਬਦੀਲੀ ਜਿਹਨੂੰ ਅਸੀਂ ਅਕਸਰ ਲਫ਼ਜ਼ ਜਿਹੜਾ ਨਾ ਉਹ ਸੁਣਦੇ ਹਾਂ ਕਲਾਈਮੇਟਿਕ ਚੇਂਜਿਸ, ਠੀਕ ਹੈ, ਇਹ ਟੋਟਲ ਜਿਹੜਾ ਨਾ ਉਸਦਾ ਇਫੈਕਟ ਆ। ਅਗਰ ਸਰਦੀਆਂ ਨੇ ਤੇ ਸਰਦੀਆਂ ਜਨਾਬ ਸਾਡੀਆਂ ਫਸਲਾਂ ਜ਼ਿਆਦਾ ਸਰਦੀ ਦੀ ਵਜ੍ਹਾ ਤੋਂ ਇਫੈਕਟ ਹੋ ਜਾਂਦੀਆਂ, ਗਰਮੀ ਆ ਤੇ ਗਰਮੀਆਂ ਦੇ ਵਿੱਚ ਫਸਲਾਂ ਇਫੈਕਟ ਹੋ ਜਾਂਦੀਆਂ। ਇਸ ਵਾਸਤੇ ਸਾਨੂੰ ਮੌਸਮ ਦੇ ਲਿਹਾਜ਼ ਨਾਲ ਆਪਣੀ ਜਿਤਨੀ ਮੈਨੇਜਮੈਂਟ ਹੈ ਫਸਲਾਂ ਦੀ ਮੈਨੇਜਮੈਂਟ, ਉਹਦੇ ਵਿੱਚ ਸਾਨੂੰ ਤਬਦੀਲੀਆਂ ਕਰਨ ਦੀ ਜ਼ਰੂਰਤ ਆ। ਔਰ ਦੇਖ ਲਓ ਕਿ ਸੇਮ ਸੀਡ ਜਾਂ ਸੇਮ ਵਰਾਇਟੀ ਅਕਸਰ ਲੋਕਾਂ ਨੇ ਲਾਈਆਂ ਨੇ, ਉਹਦੀ ਕੁਛ ਲੋਕਾਂ ਦੀ ਬਹੁਤ ਅੱਛੀ ਪਰਫਾਰਮੈਂਸ ਹੈ, ਕੁਛ ਦੀ ਬਿਲਕੁਲ ਜਿਹੜਾ ਨਾ ਉਹ ਜ਼ੀਰੋ ਪਰਫਾਰਮੈਂਸ ਹੈ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅਬਜ਼ਰਵ ਕਰਨ ਦੀਆਂ ਨੇ ਕਿ ਕਮ ਅਜ਼ ਕਮ ਇੱਕ ਕਿਸਾਨ ਨੂੰ ਮੁਖਤਲਿਫ ਲੋਕਾਂ ਦੀਆਂ ਫਸਲਾਂ ਦੇਖਣੀਆਂ ਚਾਹੀਦੀਆਂ। ਜਿਹਦੀ ਅੱਛੀ ਫਸਲ ਆ ਉਹਦੇ ਕੋਲੋਂ ਪੁੱਛਣਾ ਚਾਹੀਦਾ ਵੀ ਤੂੰ ਕੀ ਮੈਨੇਜਮੈਂਟ ਕੀਤੀ ਹੈ, ਠੀਕ ਹੈ, ਉਸ ਦੀ ਮੈਨੇਜਮੈਂਟ ਨੂੰ ਦੇਖੋ ਕਿ ਉਸ ਨੇ ਤੁਹਾਡੇ ਨਾਲੋਂ ਕੀ ਜਿਹੜਾ ਨਾ ਉਹ ਵੱਖਰਾ ਕੀਤਾ। ਅਤੇ ਪਿਛਲੀ ਗੌਰਮੈਂਟ ਦਾ ਇਸ ਚੀਜ਼ 'ਤੇ ਬਹੁਤ ਜ਼ਿਆਦਾ ਫੋਕਸ ਸੀ ਕਿ ਮੌਸਮੀਆਤੀ ਤਬਦੀਲੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਹੋ ਰਹੀਆਂ ਔਰ ਪਾਕਿਸਤਾਨ ਜਿਹੜਾ ਨਾ ਉਸ ਦੀ ਜ਼ੱਦ 'ਚ ਆ ਰਿਹਾ। ਅਤੇ ਉਸ ਗੌਰਮੈਂਟ ਨੇ ਸ਼ਜਰਕਾਰੀ 'ਤੇ ਕਾਫ਼ੀ ਜ਼ਿਆਦਾ ਜ਼ੋਰ ਦਿੱਤਾ ਔਰ ਇਸ ਨੂੰ ਜਿਹੜਾ ਨਾ ਟੋਪ ਪ੍ਰਾਇਰਟੀ 'ਤੇ ਰੱਖਿਆ ਸੀ। ਅਤੇ ਸਾਨੂੰ ਨਾ ਉਦੋਂ ਮੌਸਮੀਆਤੀ ਤਬਦੀਲੀਆਂ ਦੀ ਸਮਝ ਆਉਂਦੀ ਸੀ ਅਤੇ ਨਾ ਹੀ ਸ਼ਜਰਕਾਰੀ ਦੀ ਇੰਪੋਰਟੈਂਸ ਸੀ, ਠੀਕ ਹੈ। ਔਰ ਕਿਸਾਨ ਜਿਹੜਾ ਨਾ ਉਹ ਹਜੇ ਵੀ ਇਹੀ ਕਹਿੰਦੇ ਨੇ ਕਿ ਸਾਡੇ ਅਗਰ ਜ਼ਮੀਨ ਦੇ ਵਿੱਚ ਕੋਈ ਦਰਖਤ ਆਉਣ 'ਤੇ ਸਾਡੀ ਫਸਲ ਖਰਾਬ ਹੁੰਦੀ ਆ। ਅਤੇ ਹੁਣ ਜਿਹੜਾ ਵਾ ਉਹ ਹਰ ਮੌਸਮ ਦੇ ਵਿੱਚ ਆਪਣੀਆਂ ਸਾਰੀਆਂ ਦੇ ਸਾਰੀਆਂ ਫਸਲਾਂ ਖਰਾਬ ਕਰਕੇ ਬੈਠੇ ਹੁੰਦੇ ਨੇ। ਅਤੇ ਇਸ ਲਈ ਸਾਨੂੰ ਸਭ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਚੀਜ਼ਾਂ ਹੁਣ ਅੱਗੇ ਸਾਨੂੰ ਫੇਸ ਕਰਨੀਆਂ ਪੈਣੀਆਂ ਔਰ ਹਰ ਮੌਸਮ 'ਚ ਫੇਸ ਕਰਨੀਆਂ ਪੈਣੀਆਂ। ਅਤੇ ਇਸ ਲਈ ਜਿਹੜਾ ਨਾ ਅਸੀਂ ਆਪਣੀ ਮੈਨੇਜਮੈਂਟ ਬਿਹਤਰ ਕਰੀਏ ਔਰ ਮੌਸਮ ਦੇ ਲਿਹਾਜ਼ ਨਾਲ ਅਸੀਂ ਫਸਲ ਜਿਹੜਾ ਨਾ ਉਹ ਲਾਈਏ, ਅਤੇ ਫਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀ ਫਸਲ ਅਸੀਂ ਲਾਈ ਆ ਉਹ ਕਿਤਨੇ ਟੈਂਪਰੇਚਰ ਤੱਕ ਜਿਹੜਾ ਨਾ ਉਹਦੇ ਵਿੱਚ ਬਰਦਾਸ਼ਤ ਹੈ। ਅਗਰ ਉਹ ਟੈਂਪਰੇਚਰ ਉਸ ਤੋਂ ਕਮ ਜਾਂ ਜ਼ਿਆਦਾ ਹੁੰਦਾ ਤਾਂ ਅਸੀਂ ਉਸ ਨੂੰ ਸਟ੍ਰੈਸ ਤੋਂ ਬਚਾਉਣ ਲਈ ਆਪਣੇ ਜਿਹੜਾ ਨਾ ਉਹ ਇਕਦਾਮਾਤ ਕਰੀਏ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਜੀ, ਅੱਲਾ ਹਾਫਿਜ਼।